नवा सवेरा नवी किरण की कोंकार करौ सिमरन नवा सवेरा नवी किरण की कोंकार सिमरन मुझे दिलाच ज्ञान दिया लख जगा के शांत कर लो अपना मन ਨਾ ਮਨ ਨਾ ਮਨ ਨਵਾਂ ਸਦੀ ਰਾ ਨਵੀਂ ਕਿਰਨ ਕੀ ਕੋ ਕਾਰ ਕਰੂ ਸੀ ਮਰਨ ਨਵੀਂ ਕਿਰਨ ਨਵੀਂ ਕਿਰਨ ਸਸਵੇਕਾਲ ਓਮ ਸ਼ਾਂਤੀ ਮੈਂ ਗੌਰਵ ਗੋਇਲ ਇੱਕ ਬਰਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹੈ ਤੁਹਾਡੇ ਆਪਣੇ ਪ੍ਰੋਗਰਾਮ ਨਵੀਂ ਕਿਰਨ ਚ ਦੋਸਤੋ ਹਰ ਬੰਦੇ ਦੇ ਅੰਦਰ ਚੰਗੀ ਤੇ ਮੜੀ ਆਤਾਂ ਹੁੰਦੀਆਂ ਨੇ ਤੇ ਬੰਦਾ ਸੋਚਦਾ ਵੀ ਕਦੇ-ਕਦੇ कि अज तो मैं ये माड़े काम नहीं करने अपनी आदत पुरानिया माड़िया बदलनिया ने लेकिन चाह के भी वह अपनी आदत बदल नहीं पा रहा की कारण है कि असी अपनी ये पुरानी आदत माड़ी आदत बदल सकते हैं इन्हों सार जवाब देने अज सा कविता जी भैन जी इस प्रोग्राम प्रोग्रामा तो बहुत बहुत स्वागत है ओम शांति भैन जी अच हर अंदर चंकी तो माड़ी आदत है मैं ये मानना है कि मेरे अंदर कोई ना कोई कमी हैगी है ਮੈਂ ਚੰਨਾ ਬਦਲਣਾ ਲੇਕਿਨ ਚਾਹ ਕਹੀ ਬਦਲ ਨਹੀਂ ਸਕਦਾ ਸੋਚਦਾ ਬਹੁਤ ਹੈ ਦਿਮਾਗ ਵੀ ਲੰਨਾ ਹੈ ਲੇਕਿਨ ਨਹੀਂ ਹੁੰਦਾ ਕਿ ਮੈਂ ਆਪਣੀ ਆਦਤਾਂ ਬਦਲ ਸਕਦਾ ਐ ਐਕਚੁਅਲੀ ਇਹ ਰੀਅਲਾਈਜੇਸ਼ਨ ਹੋਵੇ ਕਿ ਮੈਂ ਆਪਣੀ ਆਦਤ ਚੇਂਜ ਕਰਨਾ ਚਾਹਦਾ ਇਹ ਬਹੁਤ ਵੱਡੀ ਗੱਲ ਹੈ ਕਈ ਤੇ ਆਪਣੇ ਆਪ ਨੂੰ ਠੀਕ ਹੀ ਸਮਝਦੇ ਰਹਿੰਦੇ ਜਿਸ ਤਰ੍ਹਾਂ ਕਰ ਰਹਾ ਮੈਂ ਬਿਲਕੁਲ ਠੀਕ ਹਾਂ ਤੇ ਜਦੋਂ ਠੀਕ ਸਮਝਦੇ ਰਹਿੰਦੇ ਉਹ ਤੇ ਚੇਂਜ ਦੀ ਮਾਰਜਿਨ ਵੀ ਨਹੀਂ ਹੈਗੀ ਕੋਈ ਤੁਹਾਨੂੰ ਦੂਜਾ ਸਮਝਾਣ ਲੱਗਿਆ ਫਿਰ ਉਹਨਾਂ ਨੂੰ ਕਿਦਾਂ ਰਿਅਲਾਈਜ਼ ਹੋਏਗਾ ਹੌਲੀ ਹੌਲੀ ਕਰਕੇ ਪੰਜ ਵਾਰ ਅੱਠ ਵਾਰ 10 ਵਾਰ ਕਿਸੇ ਨੇ ਵਾਰ-ਵਾਰ ਕਿਹਾ ਵੀ ਤੁਹਾਡੀ ਇਸ ਆਦਤ ਤੋਂ ਤੁਸੀਂ ਵੀ ਪਰੇਸ਼ਾਨ ਹੋ ਤੇ ਘਰ ਵਾਲੇ ਵੀ ਪਰੇਸ਼ਾਨ ਹੈ ਆਫਿਸ ਵਾਲੇ ਵੀ ਪਰੇਸ਼ਾਨ ਹੈ ਤੇ ਸਾਰੇ ਦੁਖੀ ਹੈ ਤੇ ਤੁਸੀਂ ਆਪੇ ਆਪ ਨੂੰ ਠੀਕ ਕਰੋ ਤੇ ਉਹ ਬਾਰ-ਬਾਰ ਉਹਨੂੰ ਕਹਿੰਦੇ ਐ ਜਿੰਨੀ ਵਾਰ ਕਹਿਣਗੇ ਫਿਰ ਹੌਲੀ-ਹੌਲੀ ਉਹਨੂੰ ਰਿਅਲਾਈਜ਼ ਹੁੰਦਾ ਹੈ ਕਿ ਹਾਂ ਇਹ ਆਦਤ ਠੀਕ ਨਹੀਂ ਹੈ ਪੰਜਾਬੀ ਚ ਇੱਕ ਬੜੀ ਫੇਮਸ ਕਹਾਵਤ ਹੈ ਵਾਦੜੀਆਂ ਸਜਾਦੜੀਆਂ ਨਿਬੰਸਿਰਾਂ ਦੇ ਨਾਲ ਇਹਦਾ ਮਤਲਬ ਕਿ ਜਿਹੜੀ ਤੁਹਾਨੂੰ ਆਦਤਾਂ ਪੈ ਗਈਆਂ ਤੇ ਉਹ ਕੋਈ ਨਹੀਂ ਚੇਂਜ ਕਰ ਸਕਦਾ ਬੜੀ ਹਾਰਡ ਉਹਨੂੰ ਚੇਂਜ ਕਰਨਾ ਜਦੋਂ ਤੱਕ ਤੁਸੀਂ ਆਪ ਉਸ ਆਦਤ ਦੇ ਉਸ ਸੰਸਕਾਰ ਦੇ ਪਿੱਛੇ ਨਹੀਂ ਪੈ ਜਾਂਦੇ ਜਦੋਂ ਤੁਸੀਂ ਉਹਨੂੰ ਚੇਂਜ ਕਰਨਾ ਚਾਹੋਗੇ ਤਾਂ ਹੀ ਚੇਂਜ ਹੋ ਸਕਦੀ ਹੈ ਤੁਸੀਂ ਆਪਣੇ ਪਾਪਾ ਦੇ ਮੰਮੀ ਦੇ ਸੰਸਕਾਰ ਆਪਣੇ ਛੋਟੇ ਵੀਰ ਦੀਆਂ ਆਦਤਾਂ ਤੁਸੀਂ ਆਪਣੇ ਬੱਚੇ ਦੀਆਂ ਆਦਤਾਂ ਤੁਸੀਂ ਨਹੀਂ ਬਦਲ ਸਕਦੇ ਤੁਸੀਂ ਉਹਨਾਂ ਨੂੰ ਰਿਅਲਾਈਜ਼ ਕਰਾ ਸਕਦੇ ਹੋ ਕਰ ਦਾ ਆਫਿਸ ਦਾ ਇੱਕ ਐਟਮੋਸਫੀਅਰ ਕ੍ਰੀਏਟ ਕਰ ਸਕਦੇ ਹੋ ਜਿਹਦੇ ਚ ਉਹਨੂੰ ਲੱਗੇ ਕਿ ਇੱਥੇ ਬੜਾ ਮੁਸ਼ਕਿਲ ਹੈ ਇਸ ਤਰ੍ਹਾਂ ਦੀ ਅਵਿਵਹਾਰ ਕਰਨਾ ਜਿੱਦਾਂ ਗੰਦੀ ਚੀਜ਼ ਹੁੰਦੀ ਹੈ ਨਾ ਤੇ ਗੰਦਗੀ ਹੈਗੀ ਇਹ ਪਹਿਲਾਂ ਉਧਰ ਲੋਕੀ ਆਰਾਮ ਨਾਲ ਕੂੜਾ ਸਿੱਟ ਦਿੰਦੇ ਜੇ ਬਿਲਕੁਲ ਸਾਫ਼ ਸੁਥਰਾ ਹੋਵੇ ਵੈਲ ਕਲੀਨ ਤੇ ਬਹੁਤ ਸੋਹਣਿਆ ਸੋਹਣੀ ਚਮਕਦਾਰ ਟਾਈਲਸ ਲੱਗੀ ਹੋਈ ਹੈ ਹਰ ਚੀਜ਼ ਵੈਲ ਸੈਟਰਡ ਹੈ ਉਥੇ ਕੂੜਾ ਸਿੱਟਣ ਤਾਂ ਜੀ ਨਹੀਂ ਕਰਦਾ ਤੇ ਉਥੇ ਉਹ ਸੰਸਕਾਰ ਲੱਗਦਾ ਚੇਂਜ ਹੋ ਗਿਆ ਕਿ ਮੈਨੂੰ ਤੇ ਆਦਤ ਹੈ ਜਿੱਥੇ ਵੀ ਖਾਇਆ ਪੀਆ ਤੇ ਕੁਝ ਵੀ ਕੀਤਾ ਤੇ ਬਸ ਸਿਟਦਾ ਕਿਤੇ ਰੈਪਰ ਸਿਟਦਾ ਕਿਤੇ ਛਿਲਕਾ ਸਿਟਦਾ ਕਿਤੇ ਕੁਝ ਸੁੱਟ ਦਿੰਦਾ ਤੇ ਇਸ ਤਰ੍ਹਾਂ ਲੱਗਦਾ ਸੀ ਲੇਕਿਨ ਉਹ ਸਥਾਈ ਇਸ ਤਰ੍ਹਾਂ ਦੀ ਹੈ ਜਿੱਥੇ ਸੁੱਟਨ ਨੂੰ ਜੀ ਨਹੀਂ ਕਰ ਰਿਹਾ ਐਸੇ ਤਰ੍ਹਾਂ ਕੋਈ এনवायरमेंट ਹੀ ਇਸ ਤਰ੍ਹਾਂ ਦਾ ਹੈਗਾ ਜਿੱਥੇ ਬੜੀ ਸ਼ਾਂਤੀ ਹੈ ਤੇ ਬਹੁਤ ਬੋਲਣ ਵਾਲਾ ਉੱਚੀ ਬੋਲਣ ਵਾਲਾ ਬੰਦਾ ਉਹ ਵੀ ਉਥੇ ਚੁੱਪ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਇਹ ਹੈਗਾ ਟੈਂਪਰੇਰੀ ਚੇਂਜ ਕਿ ਟੈਂਪਰੇਰੀ ਉਹਨੂੰ ਲੱਗਿਆ ਕਿ ਮੈਨੂੰ ਬਦਲਾਅ ਚਾਹੀਦਾ ਹੈ ਮੈਨੂੰ ਬਦਲ ਜਾਣਾ ਚਾਹੀਦਾ ਹੈ ਵੇਖੋ ਕਿੰਨਾ ਵਧੀਆ ਲੱਗਦਾ ਹੈ ਸਾਇਲੈਂਸ ਕਿੰਨੀ ਵਧੀਆ ਲੱਗ ਰਹੀ ਹੈ ਤੇ ਇਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ ਤੇ ਇਹ ਟੈਂਪਰੇਰੀ ਹੈ ਪਰਮਾਨੈਂਟ ਜੇ ਚੇਂਜ ਕਰਨਾ ਚਾਹੁੰਦਾ ਹੈ ਤੇ ਉਹਨੂੰ ਲੱਗੇ ਕਿ ਮੈਂ ਜੇ ਹਮੇਸ਼ਾ ਇਸ ਤਰ੍ਹਾਂ ਕਰਨ ਲੱਗ ਜਾ ਹਮੇਸ਼ਾ ਸ਼ਾਂਤ ਰਵਾਂ ਹਮੇਸ਼ਾ ਮੈਂ ਹੌਲੀ ਬੋਲਾਂ ਹਮੇਸ਼ਾ ਬਿਨਾਂ ਗੁੱਸੇ ਦੇ ਬੋਲਾਂ ਤੇ ਕਿੰਨਾ ਚੰਗਾ ਲੱਗੇਗਾ ਇਸ ਸੈਲਫ ਰਿਅਲਾਈਜ਼ੇਸ਼ਨ ਦੇ ਬਿਨਾ ਸੰਸਕਾਰ ਬਦਲਦੇ ਨਹੀਂ ਜਦੋਂ ਮੈਨੂੰ ਆਪ ਮਹਿਸੂਸ ਹੋਏਗਾ ਉਦੋਂ ਬਦਲ ਸਕਦਾ ਹਾਂ ਲੇਕਿਨ ਪੰਜੀ ਮੈਂ ਮੰਨਦਾ ਹਾਂ ਜੇ ਮੈਂ ਕਿਸੇ ਨੂੰ ਝੂਠ ਬੋਲਣ ਦੀ ਯਾਦ ਆਤਾ ਮੰਨ ਲਓ ਮੈਨੂੰ ਝੂਠ ਬੋਲਣ ਦੀ ਯਾਦ ਆਤਾ ਹੈ ਤੇ ਮੈਂ ਹਰ ਵਾਰ ਬਚਣ ਲਈ ਝੂਠ ਬੋਲ ਦਿੰਦਾ ਮੈਂ ਕੋਈ ਕੰਮ ਨਹੀਂ ਕੀਤਾ ਬਦਲ ਲਈ ਬਚਣ ਲਈ ਝੂਠ ਬੋਲ ਲੂੰਗਾ ਮੈਂ ਤੇ ਮੈਂ ਜਾਨਣਾ ਚਾਹੁੰਦਾ ਕਿ ਕੀ ਮੈਂ ਆਪਣੀ ਇੱਛਾਤ ਹੀ ਬਦਲ ਸਕਦਾ ਹਾਂ ਹਾਂ ਜਿੱਥੇ ਲੱਗੇ ਕਿ ਮੇਰੀ ਇੱਜ਼ਤ ਖਰਾਬ ਹੋ ਰਹੀ ਹੈ ਫਿਰ ਜਿੱਥੇ ਲੱਗੇ ਕਿ ਮੇਰੀ ਬੇਇਜ਼ਤੀ ਹੋ ਸਕਦੀ ਆ ਥੋੜੀ ਜੀ ਤੇ ਲੋਕੀ ਕੀ ਸੋਚਣਗੇ ਮੇਰੇ ਬਾਰੇ ਫੇਰ ਝੂਠ ਬੋਲ ਦਿੰਦੇ ਆ ਇਹ ਸੋਚ ਕੇ ਗਿਆਨ ਇਸੇ ਮਦਦ ਕਰਦਾ ਹੈ ਨੌਲੇਜ ਇਹ ਦੱਸਦੀ ਹੈ ਕਿ ਕੀ ਹੋ ਜਾਏਗਾ ਆਪਣੇ ਆਪ ਨੂੰ ਪੁੱਛ ਲਓ ਕਿ ਕੀ ਹੋ ਜਾਏਗਾ ਵਦ ਤੋ ਵਦ ਕੀ ਹੋ ਜਾਏਗਾ ਹੈਨਾ ਜੇ ਮੈਂ ਫੜਿਆ ਗਿਆ ਜੇ ਮੇਰਾ ਝੂਠ ਪਕੜਿਆ ਗਿਆ ਫੇਰ ਕਿੰਨੀ ਬੇਇਜ਼ਤੀ ਦੀ ਗੱਲ ਹੋਏਗੀ ਕਿ ਝੂਠ ਬੋਲਣ ਵਾਲੇ ਨੂੰ ਹਮੇਸ਼ਾ ਯਾਦ ਰੱਖਣਾ ਪੈਂਦਾ ਹੈ ਕਿ ਉਹਨੇ ਪਿਛਲੀ ਵਾਰ ਕੀ ਬੋਲਿਆ ਸੀ ਸੱਚ ਬੋਲਣ ਵਾਲੇ ਨੂੰ ਕਦੇ ਨਹੀਂ ਯਾਦ ਰੱਖਣਾ ਪੈਂਦਾ ਉਹ ਹਮੇਸ਼ਾ ਉਹੀ ਗੱਲ ਬੋਲੇਗਾ ਕਿਉਂਕਿ ਉਹਨੂੰ ਉਹੀ ਪਤਾ ਹੈ ਤੇ ਉਹਨੇ ਝੂਠ ਬੋਲਣਾ ਨਹੀਂ ਤੇ ਝੂਠ ਬੋਲਣ ਦੀ ਆਦਤ ਹੀ ਨਹੀਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਆਦਤਾਂ ਉਹ ਹਮੇਸ਼ਾ ਹੀ ਜਦੋਂ ਤੱਕ ਮੈਂ ਨਹੀਂ ਚਾਹੁੰਦਾ ਮੈਂ ਚੇਂਜ ਨਹੀਂ ਕਰ ਸਕਦਾ ਮੈਂ ਚਾਹਾਂਗਾ ਤੇ ਮੈਂ ਚੇਂਜ ਹੋ ਸਕਦਾ ਕਈ ਵਾਰੀ ਗੱਲਾਂ ਇਸ ਤਰ੍ਹਾਂ ਦੀ ਵੇਖਦੇ ਆ ਕਿ ਆਪਾਂ ਸੰਸਕਾਰ ਦੇ ਉੱਪਰ ਆਦਤਾਂ ਦੇ ਉੱਪਰ ਹੋਰ ਆਦਤਾਂ ਉਸ ਦਾ ਲੇਪ ਲਾ ਦਿੰਦੇ ਆ ਪਰ ਜਿਹੜੀ ਅਸਲੀ ਆਦਤ ਹੁੰਦੀ ਹੈ ਨਾ ਉਹ ਕਿਤੇ ਜਾਂਦੀ ਨਹੀਂ ਝੂਠ ਬੋਲਣਾ ਜਿੱਦਾਂ ਇਸ ਤਰ੍ਹਾਂ ਦੀ ਆਦਤ ਪੈ ਗਈ ਹੈ ਤੇ ਲੋਕਾਂ ਨੂੰ ਵਿਖਾਣ ਵਾਸਤੇ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਬੜਾ ਫੈਬ੍ਰੀਕੇਟ ਕਰਕੇ ਬੋਲਦੇ ਹੋ ਬੜਾ ਚੰਗੀ ਤਰ੍ਹਾਂ ਪੇਸ਼ ਆਂਦੇ ਹੋ ਪ੍ਰੈਜੈਂਟੇਸ਼ਨ ਤੁਹਾਡੀ ਹੋਰ ਗੱਲਾਂ ਦੀ ਬੜੀ ਚੰਗੀ ਹੋ ਗਈ ਲੇਕਿਨ ਫੇਰ ਵੀ ਕਿਤੇ ਬੇਇੱਜ਼ਤੀ ਦਾ ਡਰ ਹੈ ਤੇ ਕਦੇ ਨਾ ਕਦੇ ਝੂਠ ਬੋਲਾਂਗੇ ਬੋਲਾਂਗੇ ਇਸ ਤਰ੍ਹਾਂ ਦਾ ਹੁੰਦਾ ਹੀ ਹੈ ਇੱਕ ਵਾਰ ਬਾਦਸ਼ਾਹ ਅਕਬਰ ਦੇ ਦਰਬਾਰ 'ਚ ਇੱਕ ਬਹੁਤ ਬਹੁਤ ਲਰਨੇਡ ਪਰਸਨੈਲਿਟੀ ਆਏ ਤੇ ਬਹੁਤ ਵਿਦਵਾਨ ਤੇ ਉਹਨਾਂ ਨੂੰ ਉਸ ਵੇਲੇ ਦੀਆਂ ਅਰਬੀ ਫਾਰਸੀ ਗੁਰਮੁਖੀ ਤਮਿਲ ਤੇਲਗੂ ਕੰਨੜ ਤੇ ਇਸ ਤਰ੍ਹਾਂ ਦੀ ਹਿੰਦੀ ਉਰਦੂ ਇਸ ਤਰ੍ਹਾਂ ਦੀ ਉਹਨੂੰ 21 21 ਭਾਸ਼ਾ ਆਂਦੀ ਸੀ ਹੁਣ 21 ਭਾਸ਼ਾ ਉਹ ਇੰਨੀ ਵਧੀਆ ਬੋਲਦੇ ਸੀ ਵਧੀਆ ਐਕਸੈਂਟ ਨਾਲ ਬੋਲਦੇ ਸੀ ਕਿ ਲੱਗਦਾ ਸੀ ਇਹ ਹੀ ਇਹਨਾਂ ਦੀ ਮਦਰ ਟੰਗ ਹੈ ਚੇ ਤਮਿਲ ਬੋਲਣ ਚਾਹੇ ਕੰਨੜਾ ਬੋਲਣ ਚਾਹੇ ਅਰਬੀ ਬੋਲਣ ਚਾਹੇ ਮਰਾਠੀ ਗੁਜਰਾਤੀ ਕੋਈ ਵੀ ਭਾਸ਼ਾ ਬੋਲਦੇ ਸੀ ਤੇ ਉਸ ਵਿਦਵਾਨ ਨੇ ਆ ਕੇ ਚੈਲੰਜ ਕੀਤਾ ਦਰਬਾਰ ਦੇ ਵਿੱਚ ਕਿ ਤੁਹਾਡੇ ਦਰਬਾਰ ਚ ਨੋ ਰਤਨ ਮਸ਼ਹੂਰ ਨੇ ਕੋਈ ਇਸ ਤਰ੍ਹਾਂ ਦਾ ਵਿਦਵਾਨ ਹੈ ਜਿਹੜਾ ਦੱਸ ਸਕੇ ਕਿ ਮੇਰੀ ਮਦਰ ਟੰਗ ਕੀ ਹੈ ਮੇਰੀ ਮਾਤਰੀ ਬੋਲੀ ਕੀ ਹੈ ਮਾਂ ਬੋਲੀ ਕੀ ਹੈ ਮੇਰੀ ਤੇ ਉਹਨਾਂ ਨੇ ਕਿਹਾ ਠੀਕ ਹੈ ਉਹ ਤਿਆਰ ਹੋਗੇ ਤੇ ਉਹ ਐਸੇ estrade ਪ੍ਰਸ਼ਨ ਪੁੱਛ ਸਕਦੇ ਆ ਤੇ ਉਹਨਾਂ ਨੇ ਕੁਐਸਚਨ ਪੁੱਛਣਾ ਸ਼ੁਰੂ ਕਰਤੇ ਬਈ ਉਹਨਾਂ ਦੀ ਸਟੇਟ ਬਾਰੇ ਉਹਨਾਂ ਦੀ ਮਦਰ ਟੰਗ ਬਾਰੇ ਕੋਈ ਹੋਰ ਗੱਲਾਂ ਤੇ ਤਿੰਨ ਚਾਰ ਕੁਐਸਚਨ ਪੁੱਛ ਕੇ ਤੇ ਉਹਨਾਂ ਨੇ ਗੈਸ ਕਰਨਾ ਸੀ ਕਿ ਇਹ ਲੈਂਗੁਏਜ ਹੈ ਇਸ ਤਰ੍ਹਾਂ ਤੁੱਕੇ ਨਹੀਂ ਮਾਰਨੇ ਸੀ ਜੀ ਤੇ ਇਸੇ ਤਰ੍ਹਾਂ ਸ਼ਾਮ ਨੂੰ ਵੀ ਤੇ ਉਹ ਸਵੇਰੇ ਵੀ ਦੋ ਵਿਦਵਾਨ ਉਹਦਾ ਟੈਸਟ ਲੈਂਦੇ ਸੀ ਇੰਟਰਵਿਊ ਲੈਂਦੇ ਸੀ ਸ਼ਾਮ ਨੂੰ ਵੀ ਬਾਦਸ਼ਾਹ ਅਕਬਰ ਦੇ ਹੋਰ ਦੋ ਵਿਦਵਾਨ ਹੋਰ ਦੋ ਰਤਨ ਉਹਦਾ ਟੈਸਟ ਲੈਂਦੇ ਸੀ ਪਰ ਕੋਈ ਨਹੀਂ ਦੱਸ ਸਕਿਆ ਸਾਰੇ 8 ਦੇ 8 ਤੇ ਫੇਲ ਹੋ ਗਏ ਨੋਆ ਰਤਨ ਰਹਿ ਗਿਆ ਬੀਰਬਲ ਤੇ ਬਿਰਬਲ ਤੇ ਗੱਲ ਆਈ ਤੇ ਕਹਿੰਦੇ ਕੋਈ ਵੀ ਸਿਆਣਾ ਬੰਦਾ ਉਸੇ ਵੇਲੇ ਤੁਰੰਤ ਹੀ ਉਹ ਨਹੀਂ ਕਰਦਾ ਰਿਐਕਟ ਨਹੀਂ ਕਰਦਾ ਤੋਂ ਉਹ ਬੜਾ ਐਕਟ ਕਰਦੇ ਡਿਸਾਈਸਿਵਲੀ ਸੋਚ ਸਮਝ ਕੇ ਗੱਲ ਕਰਨਗੇ ਤੇ ਬਾਅਦ ਬਿਰਬਲ ਨੇ ਕਿਹਾ ਕਿ ਜਹਾਪਨਾ ਮੈਨੂੰ ਤੁਸੀਂ ਇੱਕ ਦਿਨ ਦੀ ਮੌਲਤ ਦਿਓ ਮੈਂ ਤੁਹਾਨੂੰ ਅੱਜ ਦੀ ਬਜਾਏ ਕੱਲ ਸਵੇਰ ਦੇ ਦਰਬਾਰ 'ਚ ਮੈਂ ਦੱਸ ਦਊਂਗਾ ਕਿ ਇਹ ਕੀ ਕਿਹੜੀ ਇਹਨਾਂ ਦੀ ਮਾਂ ਬੋਲੀ ਹੈ ਠੀਕ ਹੈ ਤੇ ਕਹਿੰਦੇ ਕਿ ਉਹ ਗਏ ਉੱਥੇ ਤੇ ਆਰਾਮ ਨਾਲ ਜਾ ਕੇ ਸੋ ਗਏ ਰਾਤੀ 1 ਵਜੇ ਮਹਾ ਮੰਤਰੀ ਬੀਰਵਲ ਉਹਨਾਂ ਦੇ ਕਮਰੇ 'ਚ ਗਏ ਨੇਚਰਲੀ ਮੰਤਰੀ ਉਹਨਾਂ ਵਾਸਤੇ ਤੇ ਖੋਲ ਹੀ ਦੇਣਾ ਸੀ ਤੇ ਪਹਿਲਾ ਦਰਵਾਜਿਆਂ ਵਾਲਾ ਰਿਵਾਜ ਘਟ ਹੁੰਦਾ ਸੀ ਪਰਦੇ ਵਰਦੇ ਲੱਗੇ ਹੁੰਦੇ ਸੀ ਦਨ ਵਾਲੇ ਪਹਿਰੇਦਾਰ ਚੌਕੀਦਾਰ ਖੜੇ ਹੁੰਦੇ ਸੀ ਤੇ ਉਹ ਗਏ ਰਾਤੀ 1 ਵਜੇ ਠੰਡੀ ਰਾਤ ਉਹ ਵਿਦਵਾਨ ਆਰਾਮ ਨਾਲ ਸੁੱਤੇ ਪਏ ਸੀ ਬੀਰਬਲ ਜੀ ਨੇ ਜਾ ਕੇ ਉਹਦੀ ਰਜਾਈ ਹਟਾ ਕੇ ਉਹਦੇ ਮੂੰਹ ਤੇ ਠੰਡੇ ਪਾਣੀ ਦੇ ਛਿੱਟੇ ਦੇ ਮਾਰੇ ਤੇ ਠੰਡਾ ਪਾਣੀ ਮਾਰਦਿਆਂ ਸਾਰ ਉਹ ਇੱਕਦਮ ਹੜਬੜਾ ਕੇ ਇੱਕਦਮ ਹੈਰਾਨੀ ਦੇ ਨਾਲ ਉੱਠਿਆ ਤੇ ਜਾ ਕੇ ਉਹਨੇ ਕੁਝ ਬੋਲਿਆ ਆਪਣੀ ਲੈਂਗੁਏਜ ਚ ਕੁਝ ਗੁੱਸੇ ਨਾਲ ਬੋਲਿਆ ਉਹਨੇ ਬੀਰਬਲ ਨੇ ਧਿਆਨ ਨਾਲ ਸੁਨਿਆ ਤੇ ਧਿਆਨ ਨਾਲ ਸੁਣ ਕੇ ਵਾਪਸ ਆ ਗਏ ਤੇ ਅਗਲੇ ਦਿਨ ਦਰਬਾਰ ਚ ਉਹਨਾਂ ਨੇ ਸਭ ਦੇ ਵਿੱਚ ਇਹ ਕਿਹਾ ਕਿ ਇਹ ਮਹਾਸ਼ੇ ਗੁਜਰਾਤੀ ਹੈ ਉਹਨਾਂ ਦੇ ਜਿਹੜੇ ਮਹਾਸ਼ਾਸੀ ਗਏ ਉਹਨਾਂ ਨੇ ਜਦੋਂ ਨੀਂਦ ਖੁੱਲੀ ਤੇ ਆਪਣੀ ਮਦਰ ਟੰਗ ਵਿੱਚ ਕੁਝ ਨਾ ਕੁਝ ਬੋਲਿਆ ਹੋਣਾ ਕਿਉਂਕਿ ਕਿੰਨੀ ਵੀ ਲੈਂਗੁਏਜਸ ਦਾ ਲੇਪ ਲਾਇਆ ਉਹਨਾਂ ਨੇ ਲੇਕਿਨ ਐਕਚੁਅਲ ਜਿਹੜੀ ਮਦਰ ਟੰਗ ਹੈ ਜਿਹੜੀ ਮਾਂ ਬੋਲੀ ਹੈ ਉਹ ਲੁਕੀ ਨਹੀਂ ਕਿਤੇ ਜਦੋਂ ਬੰਦਾ ਹੈਰਾਨ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਦੁਖੀ ਹੁੰਦਾ ਹੈ ਬਹੁਤ ਖੁਸ਼ ਹੁੰਦਾ ਹੈ ਓਵਰ ਜੁਆਇਡ ਹੁੰਦਾ ਹੈ ਤੇ ਉਹ ਆਪਣੀ ਮਦਰ ਟੰਗ 'ਚੇ ਬੋਲ ਜਾਂਦਾ ਹੈ ਤੇ ਉਹਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਤੇ ਆਪਣੇ ਆਪ ਹੀ ਆਪਣੀ ਮਾਂ ਬੁੱਲੀ ਬੋਲੀ ਜਾਂਦੀ ਹੈ ਜੀ ਤੇ ਇਸ ਤਰ੍ਹਾਂ ਕਰਕੇ ਉਹਨੇ ਬੋਲਿਆ ਇਹਦਾ ਮਤਲਬ ਇਹ ਹੋਇਆ ਕਿ ਉੱਤੇ ਕਿੰਨੇ ਸੰਸਕਾਰ ਆ ਦੀ ਕਿੰਨੇ ਸੋਹਣੀਆਂ ਸੋਹਣੀਆਂ ਆਦਤਾਂ ਦੀ ਤੇ ਕਿੰਨੇ ਉੱਪਰ ਨਵੇਂ-ਨਵੇਂ ਬਿਹੇਵੀਅਰ ਦੇ ਉਹਨਾਂ ਨੇ ਉਹ ਸਾਰੀ ਲੀਪਾ ਪੋਤੀ ਕੀਤੀ ਬਟ ਜਿਹੜਾ origignal ਸੀ ਉਹ ਲੁੱਕ ਨਹੀਂ ਸਕਿਆ ਉਹ છੁਪਨੇ ਸਕਿਆ ਉਹ ਬਾਹਰ ਆਈ ਗਿਆ ਕਦ ਕਰਕੇ ਤੇ ਇਸੇ ਤਰ੍ਹਾਂ ਜਦੋਂ ਉਹੀ ਐਨਵਾਇਰਨਮੈਂਟ ਮਿਲੇਗਾ ਉਹੀ ਗੱਲਾਂ ਮਿਲਣਗੀਆਂ ਫਿਰ ਉਹੀ ਚੀਜ਼ ਸਾਹਮਣੇ ਆ ਜਾਏਗੀ ਇਦਾ ਮਤਲਬ ਚੇਂਜ ਜਦੋਂ ਕਰਨਾ ਹੈ ਤਾਂ ਬਿਲਕੁਲ ਅੰਦਰੋਂ ਹਨਾ ਬਿਲਕੁਲ ਆਈ ਆਫ ਦਾ ਸਟਾਰਮ ਕਿ ਕਿਤੋਂ ਸ਼ੁਰੂ ਹੁੰਦਾ ਹੈ ਤੂਫਾਨ ਉਧਰੋਂ ਆਪਾਂ ਚੇਂਜ ਕਰਨਾ ਹੈ ਤੇ ਜਦੋਂ ਉਧਰੋਂ ਚੇਂਜ ਕਰਾਂਗੇ ਤਾਂ ਸਮਝ ਸਕਦੇ ਆ ਕਿ ਐਕਚੁਅਲੀ ਚੇਂਜ ਹੋਇਆ ਹੈ ਪੰਜੀ ਜੀ ਮੈਂ ਤੁਹਾਨੂੰ ਉਸੇ ਗੁੱਸੇ ਵਾਲੇ ਦੱਸਿਆ ਉਹ ਮੈਂ ਕਿ ਲੋਕਾਂ ਦੀ ਛਿਲਛਿੜ ਬੰਦੇ ਆਤ ਹੁੰਦੀ ਹੈ ਉਹ ਹਰ ਗੱਲ ਤੇ ਛਿੜੇ ਰਹਿਣਗੇ ਛਿੜਕੇ ਜਵਾਬ ਦੇਣਗੇ ਕਿ ਇਹ ਆਦਤ ਹੀ ਬਦਲੀ ਜਾ ਸਕਦੀ ਹੈ ਹਾਂ ਇਹ ਆਦਤ ਵੀ ਉਦੋਂ ਹੀ ਬਦਲੀ ਜਾਏਗੀ ਜਦੋਂ ਉਸ ਬੰਦੇ ਨੂੰ ਖੁਦ ਰਿਅਲਾਈਜ਼ ਹੋਏ ਕਿ ਮੈਂ ਕਦੇ ਵੀ ਮਿੱਠਾ ਨਹੀਂ ਬੋਲਦਾ ਕਦੇ ਵੀ ਪਿਆਰ ਨਾਲ ਨਹੀਂ ਬੋਲਦਾ ਤੇ ਮੈਨੂੰ ਹੋਇਆ ਕੀ ਹੈ ਜਦੋਂ ਉਹ ਵੇਖੇਗਾ ਨਾ ਕੰਪੈਰੀਜ਼ਨ ਨਾਲ ਚੇਂਜ ਹੁੰਦਾ ਜਿਉ ਉਹ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਉਹਦਾ ਜਾਏਗਾ ਉਹਦਾ ਉੱਠਣਾ ਬੈਠਣਾ ਉਹਦਾ ਮਿਲਣਾ ਜੁਲਣਾ ਇਸ ਤਰ੍ਹਾਂ ਦੇ ਜਿਹੜੇ بڑے ਡਿਵਾਈਨ ਨੇ بڑے ਯੋਗੀ ਨੇ ਤੇ ਹਮੇਸ਼ਾ ਪਿਆਰ ਨਾਲ ਗੱਲ ਕਰਦੇ ਨੇ ਕਿੰਨਾ ਵੀ ਪ੍ਰੈਸ਼ਰ ਹੋਏ ਉੱਤੇ ਪਰ ਉਹ ਕੰਮ 'ਚੇ ਘਰ 'ਚੇ ਕਿਤੇ ਵੀ ਕਿਤੇ ਵੀ ਉਹ ਸ਼ੋਅ ਨਹੀਂ ਹੋਣ ਦਿੰਦੇ ਕਿ ਮੈਂ ਪਰੇਸ਼ਾਨ ਆ ਹੈ ਨਾ ਉਹ ਸ਼ੋਅ ਨਹੀਂ ਹੋਣ ਦਿੰਦੇ ਤਾਂ ਹੁੰਦਾ ਕੀ ਹੈ ਕਿ ਜਿਉ ਉਹਨਾਂ ਨੂੰ ਫੀਲ ਹੋ ਰਿਹਾ ਹੈ ਕਿ ਸਾਰੇ ਇੰਨਾ ਮਿੱਠਾ ਬੋਲਦੇ ਆ ਕਿੰਨਾ ਵੀ ਪ੍ਰੈਸ਼ਰ ਉਹ ਠੰਡਕ ਨਾਲ ਜਵਾਬ ਦਿੰਦੇ ਆ ਤਾਂ ਉਹਨਾਂ ਦੇ ਰਿਸਪੈਕਟ ਕਿੰਨੇ ਆ ਸਭ ਉਹਨਾਂ ਨੂੰ ਪਿਆਰ ਕਰਦੇ ਆ ਤੇ ਮੈਂ ਬਿਨਾਂ ਕਾਰਨੇ ਬਿਨਾਂ ਕਾਰਨੇ ਅਗਜੀ ਲੱਗੀ ਰਹਿੰਦੀ ਅੰਦਰ ਤੇ ਉਹ ਇੰਨੀ ਕੋਈ ਗੱਲ ਵੀ ਨਹੀਂ ਹੁੰਦੀ ਜਿੱਦਾਂ ਜਿਸ ਤਰ੍ਹਾਂ ਦੇ ਮੈਂ ਜਵਾਬ ਦਿੰਦਾ ਤੇ ਉਹਨੂੰ ਖੁਦ ਜਦੋਂ ਰਿਅਲਾਈਜ਼ ਹੋਏਗਾ ਫਿਰ ਉਹ ਆਪ ਉਹਨਾਂ ਨੂੰ ਵੇਖ-ਵੇਖ ਕੇ ਕਿ ਇਹ ਕਿਸ ਤਰ੍ਹਾਂ ਪ੍ਰੈਸ਼ਰ ਦੇ ਵਿੱਚ ਵੀ ਕੰਮ ਕਰ ਸਕਦੇ ਆ ਮਿੱਠਾ ਵੀ ਬੋਲ ਸਕਦੇ ਆ ਸ਼ਾਂਤ ਵੀ ਰਹਿ ਸਕਦੇ ਆ ਤੇ ਉਹਨਾਂ ਦੇ ਐਕਸ਼ਨ ਨੋਟ ਕਰੇਗਾ ਤੇ ਮੈਂ ਵੀ ਕਰ ਸਕਦਾ ਨਹੀਂ ਤਾਂ ਉਹਨਾਂ ਤੋਂ رائے ਲਏਗਾ ਵੀ ਤੁਸੀਂ ਇਦਾਂ ਇੰਨਾ ਸ਼ਾਂਤ ਕਿਦਾਂ ਰਹਿ ਸਕਦੇ ਹੋ ਤੁਸੀਂ ਫੇਰ ਵੀ ਆਰਾਮ ਨਾਲ ਜਵਾਬ ਦੇਂਦੇ ਹੋ ਮੈਂ ਤੇ ਆਰਾਮ ਨਾਲ ਜਵਾਬ ਨਹੀਂ ਦੇ ਸਕਦਾ ਕਿਸੇ ਤਰ੍ਹਾਂ ਜਿਵੇਂ ਉਸੇ ਵਰਕਿੰਗ ਲੇਡੀ ਦੀ ਗੱਲ ਹੈ ਕਿ ਉਹ ਪਹਿਲਾਂ ਸੇ ਸੋਚ ਕੇ ਆਉਂਦੀ ਹੈ ਤਾਂ ਚਿਰਚੜੀ ਰਹਿੰਦੀ ਹੈ ਦੂਜਾ ਉਹਨੂੰ ਪਤਾ ਹੀ ਹੈ ਕਿ ਮੈਨੂੰ ਜੇ ਮੇਰਾ ਈਗੋ ਵੀ ਤਾਂ ਜਾਗ ਜਾਂਦਾ ਹੈ ਨਾ ਮੇਰੇ ਸਾਹਮਣੇ ਕੋਈ ਬੋਲਿਆ ਤੇ ਇਸ ਤਰ੍ਹਾਂ ਦੀ ਗੱਲ ਉਹਨੇ ਕਹਿਤੀ ਬਸ ਫੇਰ ਨਹੀਂ ਮੈਂ ਉਹਨੂੰ ਛੱਡਣਾ ਤਾਂ ਉਹ ਈਗੋ ਦੇ ਕਾਰਨ ਤਿਆਰੀ ਐਸੇ ਕੰਮ ਵਾਸਤੇ ਹੈ ਇਹ ਤੇ ਕਹਿੰਦੇ ਜਦੋਂ ਮੈਂ ਗੁੱਸਾ ਕਰ ਲੈਣਾ ਉੱਚੀ ਉੱਚੀ ਬੋਲ ਲੈਣਾ ਮੈਂ ਨਾ એનર્ਜੀ ਮੈਂ ਚਾਰਜ ਹੋ ਜਾਂਦਾ ਮੇਰੀ એનર્ਜੀ ਵਧ ਜਾਂਦੀ ਹੈ ਉਹ ਐਕਚੁਅਲੀ ਚਾਰਜ ਨਹੀਂ ਹੁੰਦੇ ਉਹ ਡਿਸਚਾਰਜ ਹੋਣ ਦੀ ਤਿਆਰੀ ਹੁੰਦੀ ਆ ਜਿਦਾ ਬਲਬ ਹੈਗਾ ਨਾ ਬਲਬ ਫਿਊਜ਼ ਹੋਣ ਤੋਂ ਪਹਿਲਾਂ ਜ਼ੋਰ ਨਾਲ ਚਮਕਦਾ ਹੈ ਦੀਵਾ ਵੀ ਬੁਝਣ ਤੋਂ ਪਹਿਲਾਂ ਜ਼ੋਰ ਨਾਲ ਫਲਿੱਕਰ ਕਰਦਾ ਹੈ ਇਹ ਇਹ ਡਿਸਚਾਰਜ ਹੋਣ ਦੀ ਤਿਆਰੀ ਹੈ ਉਹਦੇ ਬਾਅਦ ਬਿਲਕੁਲ ਨਹੀਂ ਡਾਲ ਜੇ ਹੋ ਜਾਣਗੇ ਸਿਰ ਦੁਖਣ ਲੱਗ ਪਿਆ ਮੂਡ ਖਰਾਬ ਹੋ ਗਿਆ ਹੁਣ ਮੈਨੂੰ ਕੋਈ ਬੁਲਾਓ ਨਾ ਤੇ ਚੁੱਪ ਕਰਕੇ ਪੈ ਜਾਣਗੇ ਫਿਰ ਤੇ ਇਸ ਤਰ੍ਹਾਂ ਦੀ ਗੱਲਾਂ ਹੋ ਗਈਆਂ ਫਿਰ ਫਿਰ ਘਰ 'ਚ ਜਿੰਨਾ ਬੈਸਟ ਪ੍ਰੋਵਾਈਡ ਕਰ ਸਕਦੇ ਆਪਣੇ ਬੱਚਿਆਂ ਨਾਲ ਖੇਡ ਕੇ ਵਾਈਫ ਨਾਲ ਗੱਲਾਂ ਬਾਤਾਂ ਕਰਕੇ ਉਹ ਸਭ ਕੁਝ ਖਰਾਬ ਹੋ ਜਾਂਦਾ ਹੈ। ਅਜਿਹਾ ਸਵਾਲ ਹੋਰ ਮੇਰੇ ਦਿਮਾਗ 'ਚ ਆ ਰਿਹਾ ਹੈ ਮੈਂ ਕਈ ਲੋਕਾਂ ਨੂੰ ਜਾਣਦਾ ਹਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਪਤਾ ਸੀ ਗੁੱਸਾ ਕਰ ਰਹੇ ਸਾਨੂੰ ਪਤਾ ਅੰਦਰ ਚਿਰਚੜਾਪਣ ਹੈਗਾ لیکن ਅਸੀਂ ਫਿਰ ਵੀ ਛੱਡ ਨਹੀਂ پا ਰਹੇ ਕਿ ਐਸੀ ਸਿਚੁਏਸ਼ਨ ਵੀ ਆ ਸਕਦੀ ਹੈ ਕਿ ਇਹਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਜੀ ਸੰਸਕਾਰ ਬਦਲਣਾ ਐਕਚੁਅਲੀ ਹੁੰਦਾ ਇਹੀ ਹੈ ਕਿਉਂਕਿ ਸੰਸਕਾਰ ਬਨੇ ਕਿੱਦਾ دیکھو ਮਨ 'ਚ 네ਗੇਟਿਵ ਪੋਜ਼ਿਟਿਵ ਵੇਸਟ ਜਾਂ ਆਰਡੀਨਰੀ ਕਿਸੇ ਤਰ੍ਹਾਂ ਦੇ ਵੀ ਥਾਟਸ ਚੱਲਦੇ ਰਹਿੰਦੇ ਆ ਉਹਦੇ ਬਾਅਦ ਸਾਡੀ ਇੰਟੈਲੈਕਟ ਕੰਮ ਕਰਦੀ ਹੈ ਬੁੱਧੀ ਕਹਿੰਦੀ ਹੈ ਬਈ ਇਹ ਇਸ ਤਰ੍ਹਾਂ ਦੇ ਗੱਲਾਂ ਨਹੀਂ ਸੋਚਣੀਆਂ ਚਾਹੀਦਾ ਇਹ ਠੀਕ ਨਹੀਂ ਹੈ ਬੁੱਧੀ ਨੇ ਸਾਨੂੰ ਕਿਹਾ ਜਿੱਦਾਂ ਇੰਟੈਲੈਕਟ ਨੇ ਸਾਨੂੰ ਗਾਈਡ ਕੀਤਾ ਫੇਰ ਵੀ ਮਨ ਦੇ ਉਹੀ 네ਗੇਟਿਵ ਥਾਟ ਹਾਵੀ ਹੋ ਰਹੇ ਮੀਨਸ ਬੁੱਧੀ ਨੇ ਕੰਮ ਕਰਨਾ ਬੰਦ ਕਰਤਾ ਤੇ ਉਹਦੇ ਬਾਅਦ ਜਿੱਦਾਂ ਦੇ ਵੀ ਸੋਚ ਰਹੇ ਆਪਾਂ ਉਹੀ ਸੰਸਕਾਰ ਬਣਨੇ ਸ਼ੁਰੂ ਹੋ ਗਏ ਐਕਸ਼ਨ ਵੀ ਉਸ ਤਰ੍ਹਾਂ ਦੇ ਕਰਾਂਗੇ ਉਸ ਤਰ੍ਹਾਂ ਦੇ ਐਕਸ਼ਨ ਕਰਦੇ ਕਰਦੇ ਉਹ ਪਰਸਨੈਲਿਟੀ ਦੇ ਵਿੱਚ ਟ੍ਰੇਟਸ ਬਣ ਜਾਂਦੇ ਆ ਆਦਤਾਂ ਪੈ ਜਾਂਦੀਆਂ ਹੈਬਿਟਸ ਪੈ ਜਾਂਦੀਆਂ ਤੇ ਉਹ ਸੰਸਕਾਰ ਬਣ ਗਏ ਮਨ ਦੇ ਸੋਚਣ ਨਾਲ ਸੰਸਕਾਰ ਬਣੇ ਤੇ ਜਿੱਦਾਂ ਦੇ ਸੰਸਕਾਰ ਹੈ ਮਨ ਫਿਰ ਉਸੇ ਤਰ੍ਹਾਂ ਸੋਚਦਾ ਹੈ ਤੇ ਹੁਣ ਜਦੋਂ ਚੇਂਜ ਕਰਨਾ ਹੈ ਤਾਂ ਮਨ ਦੇ ਥਾਟ ਸਿਸਟਮ ਨੂੰ ਹੀ ਚੇਂਜ ਕਰਨਾ ਪਏਗਾ ਤੇ ਥਾਟ ਸਿਸਟਮ ਨੂੰ ਚੇਂਜ ਕਰਕੇ ਫਿਰ ਆਪਾਂ ਸੰਸਕਾਰ ਬਦਲ ਸਕਦੇ ਹਾਂ ਤੇ ਮੇਰੇ ਮਨ ਦੇ ਥਾਟ ਦੂਜਾ ਕੋਈ ਨਹੀਂ ਚੇਂਜ ਕਰ ਸਕਦਾ ਉਹ ਮੈਨੂੰ ਆਪੇ ਆਪ ਹੀ ਚੇਂਜ ਕਰਨਾ ਪਏਗਾ ਮੈਂ ਬਾਰ-ਬਾਰ ਬਾਰ-ਬਾਰ ਇਸ ਗੱਲ ਨੂੰ ਜਿਵੇਂ ਲਾਈਕ ਹੈਮਰਿੰਗ ਹੁੰਦੀ ਹੈ ਨਾ ਅਬ ਕੋਈ ਵੀ ਕੋਈ ਵੀ ਪੱਥਰ ਤੋੜਨ ਵੇਲੇ ਆਪਾਂ ਸੋਚੀਏ ਕਿ ਇਹਦੇ ਜਿਹ ਵੀ ਥੋੜੇ ਮਾਰੇ ਇਹ ਟੁੱਟਿਆ ਨੇ 21ਵੇਂ ਹਥੋੜੇ 'ਚ ਟੁੱਟ ਗਿਆ ਤਾਂ ਇਹਦਾ ਮਤਲਬ 20 ਹਥੋੜੇ ਵੇਸਟ ਗਏ ਲੱਗਦਾ ਤਾਂ ਹੀ ਹੈ ਜੀ ਜੇ ਇੱਕ ਪੱਥਰ ਨੂੰ 21 ਥੋੜੇ ਨਾਲ ਤੋੜਿਆ ਗਿਆ ਹੈ ਲੱਗਦਾ ਤਾਂ ਹੀ ਆ ਵੀ ਆਖਿਰ ਆਖਰੀ ਥੋੜੇ ਨੇ ਕੰਮ ਕੀਤਾ ਹੈ ਲੇਕਿਨ 20 ਹਥੋੜਿਆਂ ਨੇ ਉਹਦੇ ਮੋਲੀਕਿਊਲਸ ਨੂੰ ਢਿੱਲਾ ਕੀਤਾ ਹੈ ਨਾ ਉਹਨੂੰ ਕਮਜ਼ੋਰ ਕੀਤਾ ਪੱਥਰ ਨੂੰ ਤੇ ਕਮਜ਼ੋਰ ਕੀਤਾ ਉਹਦੇ ਮੋਲੀਕਿਊਲਸ ਬिखर ਗਏ ਤੇ ਉਹ ਟੁੱਟ ਗਿਆ 21ਵੇਂ ਹਥੋੜੇ 'ਚ ਟੁੱਟ ਗਿਆ ਤੇ ਕੱਲਾ 21ਵਾਂ ਹਥੋੜਾ ਤਾਂ ਮਾਰਿਆ ਵੀ ਨਹੀਂ ਜਾ ਸਕਦਾ ਨਾ पहला ही होएगा तो इस तरह करके मैं सोचती हाँ कि जो तो संस्कार चेंज करना है तो अपने सब कॉन्शियस नार बार बार बार, बार तुम इस तरह की ट्रेनिंग दौ कि ठीक नहीं है आई हैव टू चेंज आई हैव टू चेंज उदों ही चेंज हो सकता है जो तो मैं अपने बारे में इस तरह सोचूंगा यानी कि अपनी ट्रेनिंग अपनी प्लैनिंग अपने आपू आप समझा है ता ही मेरी अपनी आदत बदल सकें इस प्रोग्राम आने लिये थोड़ा बहुत बहुत शुक्रिया ओम शांति शांति दोस्तों अपनी आदतें बदलने ਲਈ জরুরি ਹੈ सेल्फ रियलाइजेशन अपने आसपास ਦਾ ਮਾਹੌਲ ਬਦਲਣਾ ਆਪਣੀ ਸੋਚ ਬਦਲਣਾ मिलते हैं अगली कड़ी भौतिक कर ओम शांति अपने सुझाव देने ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲੀਵੁੱਡ ਸਟੂਡੀਓ ਸ਼ਾਂਤੀਵਨ ਮੋਬਾਈਲ ਨੰਬਰ 8094993487 ਈਮੇਲ ਪੰਜਾਬੀ.gws@gmail.com 다음 <목소리나>